ਜਦੋਂ ਤੁਸੀਂ ਇਸ ਲਿੰਕ ਤੇ ਕਲਿੱਕ ਕਰੋਗੇ ਤਾਂ ਤੁਸੀਂ ਅਜਿਹੀ ਥਾਂ ਤੇ ਪਹੁੰਚੋਗੇ। ਉੱਥੇ ਤੁਸੀਂ ਕਲਿੱਕ ਟੂ ਰਜਿਸਟਰ ਕਰਨਾ, ਜੋ ਕੁਝ ਪੁੱਛਿਆ ਜਾਏਗਾ ਉਹ ਭਰਨਾ ਤੇ ਸਕਰੀਨਸ਼ਾਟ ਭੇਜ ਦਿਓ। ਰਜਿਸਟਰ ਹੋਣਾ ਅਸੀਂ ਇੱਥੇ, ਔਰ ਇਹ ਸਾਰੀਆਂ ਇੰਸਟਰਕਸ਼ਨਸ ਨੇ, ਪਹਿਲੇ ਤੁਸੀਂ ਪੜ੍ਹਨੀਆਂ ਨੇ ਰਜਿਸਟ੍ਰੇਸ਼ਨ ਤੋਂ। ਜਿੱਥੇ ਜਿੱਥੇ ਸਟਾਰ ਲੱਗਿਆ ਉਹ ਸਾਰੇ ਫੀਲਡ ਕੰਪਲਸਰੀ ਨੇ। ਦੂਸਰਾ, ਤੁਹਾਡਾ ਮੋਬਾਈਲ ਨੰਬਰ ਬਿਲਕੁਲ ਸਹੀ ਹੋਣਾ ਚਾਹੀਦਾ ਹੈ, ਅਤੇ ਹਮੇਸ਼ਾ ਰਜਿਸਟਰਡ ਮੋਬਾਈਲ ਆਪਣੇ ਨਾਲ ਰੱਖੋ, ਕਿਉਂਕਿ ਉਸ ਦੇ ਨਾਲ ਤੁਹਾਨੂੰ OTP ਆਏਗਾ, ਵਨ ਟਾਈਮ ਪਾਸਵਰਡ। ਤੁਸੀਂ ਆਪਣਾ ਨੰਬਰ, ਮੋਬਾਈਲ ਨੰਬਰ ਇੱਕ ਵਾਰ ਯੂਜ਼ ਕਰ ਸਕਦੇ ਹੋ। ਯੂਜ਼ਰ ਨੇਮ, ਪਾਸਵਰਡ, ਵੇਰੀਫਿਕੇਸ਼ਨ, OTP, ਸਾਰਾ ਕੁਝ ਤੁਹਾਡੇ ਮੋਬਾਈਲ ਨੰਬਰ 'ਤੇ ਭੇਜਿਆ ਜਾਊਗਾ। ਫਿਰ ਤੁਸੀਂ ਉਸ OTP ਨੂੰ ਅੱਗੇ ਭਰਨਾ ਹੋਊਗਾ ਅਤੇ ਸਾਰਾ ਕੁਝ ਤੁਹਾਡੇ ਮੋਬਾਈਲ 'ਤੇ ਆਊਗਾ। ਫਿਰ ਜਦੋਂ ਤੁਸੀਂ ਵੇਰੀਫਾਈ ਹੋਗੇ, ਉਸ ਤੋਂ ਬਾਅਦ ਤੁਹਾਨੂੰ ਰਜਿਸਟਰ ਕੀਤਾ ਜਾਊਗਾ। ਸੋ ਆਹ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਰਜਿਸਟਰ ਕਰਨ ਲਈ ਭਰੋਂਗੇ ਜੋਬ ਸੀਕਰ, ਠੀਕ ਹੈ। ਜੋਬ ਸੀਕਰ ਦੀ ਇਨਫੋਰਮੇਸ਼ਨ ਤੋਂ ਬਾਅਦ ਤੁਹਾਡੇ ਸਾਹਮਣੇ ਕਈ ਚੀਜ਼ਾਂ ਹੋਰ ਖੁੱਲ੍ਹ ਜਾਣੀਆਂ, ਉਹ ਤੁਸੀਂ ਭਰਦੇ ਰਹਿਣਾ। ਜੋਬ ਸੀਕਰ ਤੋਂ ਬਾਅਦ ਤੁਹਾਡੇ ਸਾਹਮਣੇ ਖੁੱਲ੍ਹ ਗਿਆ ਫਸਟ ਨੇਮ। ਫਸਟ ਨੇਮ ਜਿਸ ਤਰ੍ਹਾਂ ਤੁਹਾਡਾ ਨਾਂ ਹੈ ਹੈਪੀ, ਠੀਕ ਹੈ। ਲਾਸਟ ਨੇਮ ਸਿੰਘ, ਜੇ ਤੁਸੀਂ ਲੜਕਾ ਹੋ ਤਾਂ ਮੇਲ, ਲੜਕੀ ਹੋ ਤਾਂ ਫੀਮੇਲ। ਉਸ ਤੋਂ ਬਾਅਦ ਐਜੂਕੇਸ਼ਨਲ ਲੈਵਲ, ਇਹਦੇ ਵਿੱਚ ਤੁਹਾਨੂੰ ਜਿੰਨੇ ਐਜੂਕੇਸ਼ਨਲ ਲੈਵਲ ਦਿੱਤੇ ਜਾਂਦੇ ਉਹ 'ਚੋਂ ਤੁਸੀਂ 12th ਚੁਣ ਲਓਗੇ, ਠੀਕ ਹੈ ਜੀ। ਫਿਰ ਅੱਗੇ ਆ ਰਿਹਾ, ਪਲੀਜ਼ ਸਿਲੈਕਟ ਯੋਰ ਡਿਸਟ੍ਰਿਕਟ, ਤਾਂ ਇੱਕ ਲਿਸਟ ਆ ਜੂਗੀ ਪੂਰੀ ਡਿਸਟ੍ਰਿਕਟਸ ਦੀ, ਤੁਸੀਂ ਉਸਦੇ ਵਿੱਚੋਂ ਆਪਣਾ ਡਿਸਟ੍ਰਿਕਟ ਨੀਚੇ ਜਾ ਕੇ ਮਾਨਸਾ ਚੁਣ ਲਓਗੇ, ਠੀਕ ਹੈ ਜੀ। ਇਸ ਤੋਂ ਅੱਗੇ ਹੈ ਤੁਹਾਡਾ ਈਮੇਲ ਐਡਰੈਸ, ਜਿਹੜਾ ਕੋਈ ਤੁਹਾਡਾ ਚੱਲਦਾ ਹੋਇਆ ਈਮੇਲ ਐਡਰੈਸ ਹੋਊਗਾ ਉਹ ਭਰ ਦੇਣਾ। ਫਿਰ ਤੁਸੀਂ ਆਪਣਾ ਮੋਬਾਈਲ ਨੰਬਰ ਜਿਹਦੇ ਉੱਪਰ OTP ਮੰਗਵਾਉਣਾ ਚਾਹੁੰਦੇ ਹੋ ਉਹ ਭਰ ਦੇਣਾ। ਫਿਰ ਤੁਸੀਂ ਇਸ ਕੋਲਮ 'ਤੇ ਟਿੱਕ ਕਰਨਾ ਕਿ ਹਾਂ ਮੈਂ ਤੁਹਾਡੀਆਂ ਸ਼ਰਤਾਂ ਮੰਨ ਲਈਆਂ। ਉਸ ਤੋਂ ਬਾਅਦ ਤੁਸੀਂ ਇਹਨੂੰ ਸਬਮਿਟ ਕਰਨਾ ਅਤੇ ਫਿਰ ਤੁਹਾਨੂੰ ਉਹ ਮੈਸੇਜ ਆ ਜਾਊਗਾ ਕਿ ਤੁਸੀਂ ਸਕਸੈਸਫੁਲੀ ਰਜਿਸਟਰ ਹੋ ਗਏ। ਥੈਂਕ ਯੂ।